अस्सलाम वालेकुम ਤੁਹਾਡਾ ਵੀਰ ਸ਼ਫਕਤ ਬਾਰੀ ਮੈਂ ਸਦਕੇ ਮੈਂ ਵਾਰੀ ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਆਦਾ ਮਾਰੇ ਛਾਂ ਤੇ ਸੱਟੇ ਪਰਾਇਆ ਧੁੱਪ ਤੇ ਸਾਡੇ ਕੋਲ ਨਾ ਇਸਲਾਮ ਦੇ ਅੰਦਰ 3 ਦਿਨ ਤੋਂ ਗਣੀ ਨਾਰਾਜ਼ਗੀ ਨਹੀਂ ਰੱਖਣੀ ਚਾਹੀਦੀ ਅਸੀਂ ਸਾਲਾਂ ਦੀ ਬਾਨ ਬਾਨ ਲੈਨੇ ਆ ਇੱਥੇ ਕੋਰ ਬੜਾ ਸਿਆਪਾ ਬਣ ਗਿਆ ਹੈ ਵੀ ਜਿਹੜਾ ਕੰਮ ਸਾਡੇ ਕਰਨ ਵਾਲਾ ਹੁੰਦਾ ਹੈ ਉਹਦੇ 'ਚ ਅਸੀਂ ਸ਼ਰਮ ਮਨਾਨੇ ਆ ਕਿ ਸਾਨੂੰ ਸ਼ਰਮ ਆਉਂਦੀ ਹੈ ਤੇ ਜਿਹੜਾ ਸਾਡੇ ਨਹੀਂ ਕਰਨ ਵਾਲਾ ਹੁੰਦਾ ਉਹਦੇ 'ਚ ਅਸੀਂ ਹੱਥ ਤੋਂ ਗਣੀ ਬਿਸ਼ਰਮੀ ਕਰਨੇ ਆ ਇਹ ਤਾਂ ਉਹ ਗੱਲ ਹੋਈ ਵੀ ਜਿਵੇਂ ਕੋ ਮੌਲਵੀ ਸਾਹਿਬ ਆਣ ਤੇ ਉਹਨੇ ਕਿਤੇ ਕੰਮ ਜਾਣਾ ਉਹਨੇ ਆਖਿਆ ਵੀ ਜਾਂਦਾ ਪਿਆ ਮੱਲੇ ਵਾਲੇ ਹਾਂ ਤੇ ਦੀਗਰ ਦੀ ਅਜ਼ਾਨ ਆਖਿਆ ਜੇ ਮੈਨੂੰ ਕੋ ਕੰਮ ਹੈ ਉਹ ਬੰਦੇ ਚੁੱਪ ਉਹਨੇ ਮੋੜ ਆਖਿਆ ਵੀ ਮੀਆਂ ਦੀਗਰ ਦੀ ਅਜ਼ਾਨ ਆਖਿਆ ਜੇ ਮੈਨੂੰ ਕੋ ਕੰਮ ਹੈ ਤੇ ਮੈਂ ਆ ਜਾਸਾਂ ਉਹ ਇੱਕ ਬੰਦਾ ਬੋਲਿਆ ਆਂਦਾ ਮੌਲਵੀ ਸਾਹਿਬ ਵੀ ਸਾਨੂੰ ਤਾਂ ਸ਼ਰਮ ਆਉਂਦੀ ਹੈ ਆਂਦਾ ਮੈਂ 5 ਟਾਈਮ ਅਜ਼ਾਨ ਆਣਾ ਆਖੇ ਮੈਂ ਤਾਂ ਮੁੜ ਬਿਸ਼ਰਮ ਹੀ ਹੋਇਆ ਨਾ